ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹੋਪ ਕਰਦਾ ਤੁਸੀਂ ਵੈਲ ਐਂਡ ਗੁੱਡ ਹੋਵੋਗੇ। ਤੇ ਅੱਜ ਗੱਲਬਾਤ ਕਰਨ ਲੱਗੇ ਆ ਕਿ ਜਿਨ੍ਹਾਂ ਦਾ ਵਿਆਹ ਆਫਟਰ ਵੀਜ਼ਾ ਹੁੰਦਾ ਹੈ, ਠੀਕ ਹੈ, ਤੇ ਉਹਨਾਂ ਨੂੰ ਕਿੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ, ਠੀਕ ਹੈ। ਸੋ ਉਹ ਸਾਰੀਆਂ ਚੀਜ਼ਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ, ਤੇ ਉਹਨਾਂ ਕੰਸਲਟੈਂਟ ਦੀਆਂ ਗੱਲਾਂ ਵੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ, ਜਿਹੜੇ ਕਹਿ ਦਿੰਦੇ ਕਿ ਅਸੀਂ ਸੰਭਾਲ ਲਾਂਗੇ, ਠੀਕ ਹੈ, ਅਸੀਂ ਕੁੜੀ ਲੱਭ ਕੇ ਦਿੱਤੀ ਹੈ ਤੁਹਾਨੂੰ, ਅਸੀਂ ਸਾਰਾ ਕੁਝ ਕਰਕੇ ਦੇਵਾਂਗੇ। ਸੋ ਉਹ ਸਾਰੀਆਂ ਚੀਜ਼ਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਨ ਨੂੰ ਮਿਲਣਗੀਆਂ, ਠੀਕ ਹੈ, ਤੇ ਕੀ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ ਤਾਂ ਉਹਨਾਂ ਨੂੰ ਕਿਵੇਂ ਫੇਸ ਕਰਨਾ, ਉਹ ਸਾਰਾ ਜਿਹੜਾ ਐਕਸਪੀਰੀਅੰਸ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਇਹ ਸਾਰੇ ਮੇਰੇ ਓਪੀਨੀਅਨ ਆ, ਮੈਂ ਜੋ ਸਰਚ ਕੀਤੀ ਆ ਹੁਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਤੇ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖੋਗੇ ਤਾਂ ਤੁਹਾਡੇ ਲਈ ਫਾਇਦੇਮੰਦ ਹੋਊਗੀ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਸਪਾਊਸ ਵੀਜ਼ੇ ਨੂੰ ਤੁਸੀਂ ਖੇਡ ਬਣਾ ਲਿਆ ਆਪਣੇ ਲੋਕਾਂ ਨੇ। ਖੇਡ ਇੱਦਾਂ ਬਣਾ ਲਿਆ ਕਿ ਠੀਕ ਹੈ, ਆਈਲੈਟਸ ਵਾਲੇ ਸੈਂਟਰ 'ਚ ਜਾਂਦੇ ਆ, ਉੱਥੋਂ ਕਹਿੰਦੇ ਆ ਕਿ ਭਾਈ ਅਸੀਂ 1,00,000 ਲਾ ਦੇਵਾਂਗੇ, ਠੀਕ ਹੈ, ਤੇ ਸਾਨੂੰ ਕੁੜੀ ਲੱਭ ਦਿਓ। ਉਧਰੋਂ ਕੁੜੀ ਦੀ ਫਾਈਲ ਲੱਗੀ ਹੁੰਦੀ ਆ ਤੇ ਵਿਚੋਲਾ ਜਿਹੜਾ ਆਈਲੈਟਸ ਸੈਂਟਰ ਵਾਲਾ ਹੀ ਹੁੰਦਾ ਜਾਂ ਕੰਸਲਟੈਂਟ ਹੁੰਦਾ, ਪੰਜਾਬ ਦੇ ਵਿੱਚ ਜ਼ਿਆਦਾਤਰ ਮੈਂ ਇਹੀ ਚੀਜ਼ ਦੇਖ ਰਿਹਾ, ਤੇ ਉਹ ਸਾਰਾ ਕੁਝ ਕਰਵਾ ਦਿੰਦਾ। ਤੇ ਫਿਰ ਉਹ ਜਦੋਂ ਵਿਆਹ ਹੋ ਜਾਂਦਾ ਫਾਈਲ ਲੱਗੀ ਦੇ ਵਿੱਚ, ਤੇ ਜਿਹੜੀਆਂ ਫੀਸਾਂ ਭਰੀਆਂ ਹੁੰਦੀਆਂ ਉਹ ਕੁੜੀ ਦੇ ਪਿਓ ਨੇ ਭਰੀਆਂ ਹੁੰਦੀਆਂ। ਹੁਣ ਸਿਆਪਾ ਇਹ ਪੈ ਗਿਆ ਕਿ ਨਾ ਤੁਹਾਡੇ ਕੋਲੇ ਲਾਸਟ ਹਿਸਟਰੀ ਆ ਕੋਈ, ਪਹਿਲਾਂ ਤੋਂ ਰਿਲੇਸ਼ਨਸ਼ਿਪ ਤੋਂ ਪਹਿਲਾਂ ਦੀ ਕੋਈ ਹਿਸਟਰੀ ਆ ਵੀ ਤੁਹਾਡਾ ਰਿਲੇਸ਼ਨਸ਼ਿਪ ਕਿੱਥੋਂ ਸ਼ੁਰੂ ਹੋਇਆ। ਉਹ 1 ਮਹੀਨੇ ਦੇ ਵਿੱਚ ਜਿੰਨਾ ਫਾਈਲ ਲੱਗੀ ਹੁੰਦੀ ਉਹਦੇ ਵਿੱਚ ਉਹ ਸਾਰੀ ਕਹਾਣੀ ਬੁਣ ਦਿੰਦੇ ਆ, ਠੀਕ ਹੈ। ਸਾਰੀ ਕਹਾਣੀ ਬੁਣਨ ਤੋਂ ਬਾਅਦ ਉਹ ਕਹਿ ਦਿੰਦੇ ਆ ਕਿ ਠੀਕ ਹੈ ਤੂੰ ਐਂ ਕਰੀ ਕਿ ਜਿਹੜੀ ਆਪਦੀ ਮੈਰਿਜ ਆ ਨਾ ਬੈਕ ਡੇਟ ਦੇ ਵਿੱਚ ਰਜਿਸਟਰਡ ਕਰਾ ਲਾ, ਠੀਕ ਹੈ। ਹੁਣ ਬੈਕ ਡੇਟ ਦੇ ਵਿੱਚ ਕਈ ਤਾਂ ਇਦਾਂ ਦੇ ਵਿਚਾਰੇ ਹੁੰਦੇ ਜਿਨ੍ਹਾਂ ਦਾ ਦਿਮਾਗ ਕੱਢ ਦਿੰਦੇ ਆ, ਉਹ ਦਿਮਾਗ ਨਿਕਲਣ ਤੋਂ ਬਾਅਦ ਬੰਦਾ ਬੈਕ ਡੇਟ 'ਚ ਰਜਿਸਟਰਡ ਕਰਾ ਲੈਂਦਾ। ਤੇ ਜਦੋਂ ਫਾਈਲ ਲਾਉਣੀ ਹੁੰਦੀ ਆ ਉਦੋਂ ਫਿਰ ਜਦੋਂ ਕੰਸਲਟੈਂਟ ਪੁੱਛਦਾ, ਜਿਹੜਾ ਸਹੀ ICCRC ਮੈਂਬਰ ਆ ਜਾਂ ਇਮੀਗ੍ਰੇਸ਼ਨ ਲਾਇਰ ਆ ਜਾਂ ਉਹ ਕੈਨੇਡੀਅਨ ਰੂਲਸ ਨੂੰ ਰੈਗੂਲੇਸ਼ਨ ਨੂੰ ਚੰਗੀ ਤਰ੍ਹਾਂ ਜਾਣਦਾ, ਉਹ ਅਗਲਾ ਅੱਗੋਂ ਗੱਲ ਪੈ ਜਾਂਦਾ ਫਿਰ, ਠੀਕ ਹੈ। ਜਿਹੜਾ ਫੇਕ ਆ ਉਹ ਫੇਕ ਹੀ ਮੰਨਿਆ ਜਾਣਾ ਵੀਰੋ, ਠੀਕ ਹੈ। ਹੁਣ ਅਗਲਾ ਤਾਂ ਇਹ ਗੱਲ ਤੁਹਾਡੇ ਮੂੰਹ ਤੇ ਇਹ ਗੱਲ ਤਾਂ ਕਹਿ ਦਿੰਦਾ ਕਿ ਭਾਈ ਤੁਹਾਡਾ ਵੀਜ਼ਾ ਆਉਣਾ ਨਹੀਂ ਆ ਕਿਉਂਕਿ ਤੁਸੀਂ ਵਿਆਹ ਉਸ ਪੀਰੀਅਡ ਦੇ ਵਿੱਚ ਕਰਵਾਇਆ, ਤੇ ਅੰਬੈਸੀ ਨੂੰ ਇਹ ਲੱਗਦਾ ਕਿ ਤੁਸੀਂ ਆਪਦਾ ਜਿਹੜਾ ਵਿਆਹ ਕਰਵਾ ਰਹੇ ਹੋ, ਠੀਕ ਹੈ, ਇਮੀਗ੍ਰੇਸ਼ਨ ਪਰਪਜ ਵਾਸਤੇ ਕਰਵਾ ਰਹੇ ਹੋ, ਠੀਕ ਹੈ, ਤੇ ਇਸੇ ਗੱਲ ਤੋਂ ਆਪਾਂ ਨੂੰ ਲੱਗਦਾ ਗੁੱਸਾ। ਤੇ ਜਿਹੜੀ ਵੀ ਗੱਲ ਉਹ ਹੈਗੀ ਆ ਸਹੀ, ਤੇ ਮੈਂ ਵੀ ਇਸ ਚੀਜ਼ ਦੇ ਹੱਕ ਦੇ ਵਿੱਚ ਹੈਗਾ, ਮੇਰਾ ਇੱਕ ਰਿਸ਼ਤੇਦਾਰ ਆ ਉਹਦੀ ਮੈਂ ਗੱਲ ਦੱਸਦਾ, ਭਾਈ ਉਹਦਾ ਵਿਆਹ ਹੋਇਆ ਪਿੱਛੇ ਇਹਦੀ ਗੱਲ ਆ, ਠੀਕ ਹੈ, ਮੈਂ ਕਿਸੇ ਦਾ ਐਗਜ਼ਾਮਪਲ ਨਹੀਂ ਦਿੰਦਾ, ਉਹਦਾ ਵਿਆਹ ਹੋਇਆ ਤੇ ਪੰਜਾਬ 'ਚੋਂ ਉਹ ਵੀ ਭਰਾ, ਠੀਕ ਹੈ ਜੀ, ਤੇ ਗਾਂਧੀ ਘਰ ਰਿਸ਼ਤੇਦਾਰ ਆ, ਚਲੋ ਉਹਨਾਂ ਨੇ ਆਪਦੀ ਮੈਰਿਜ ਰਜਿਸਟਰਡ ਕਰਵਾ ਲਈ ਬੈਕ ਡੇਟ ਦੇ ਵਿੱਚ, ਠੀਕ ਹੈ, ਤੇ ਉਹਨਾਂ ਦੇ ਮਾਮ ਡੈਡ ਹੈਗੇ ਆ ਮੋਂਟਰੀਅਲ ਦੇ ਵਿੱਚ ਆ, ਠੀਕ ਹੈ, ਤੇ ਚਲੋ ਜੀ ਉਹਨਾਂ ਨੇ ਬੈਕ ਡੇਟ ਦੇ ਵਿੱਚ ਰਜਿਸਟਰਡ ਕਰਵਾ ਲਈ ਆ। ਤੇ ਹੁਣ ਗੱਲ ਇਹ ਆ ਕਿ ਕੁੜੀ ਇੱਥੇ ਆ ਗਈ ਆ, ਫੀਸਾਂ ਫਾਦਰ ਸਾਹਿਬ ਉਹਦੇ ਨੇ ਭਰੀਆਂ ਕੁੜੀ ਦੇ ਨੇ, ਤੇ ਤੁਸੀਂ ਮੁੰਡੇ ਵਾਲਿਆਂ ਤੋਂ ਅਗਲੇ ਨੇ ਏਜੰਟ ਨੇ ਇਹ ਕਿਹਾ ਵੀ ਤੁਸੀਂ ਸਾਰੇ ਪੈਸੇ ਜਿਹੜੇ ਦੇਣੇ ਆ ਉਹ ਮੁੰਡੇ ਦੇ ਫਾਦਰ ਸਾਹਿਬ ਨੂੰ ਦੇ ਦੇਣੇ ਆ, ਕੁੜੀ ਦੇ ਫਾਦਰ ਸਾਹਿਬ ਨੂੰ ਦੇ ਦੇਣੇ ਆ, ਠੀਕ ਹੈ, ਦੇ ਦੇਣੇ, ਚਲੋ ਜੀ ਦੇ ਦਿੱਤੇ ਆ। ਹੁਣ ਨਾ ਤਾਂ ਮੁੰਡੇ ਕੋਲੇ ਕੋਈ ਪਰੂਫ ਹੈ ਵੀ ਤੁਸੀਂ ਫਾਈਨੈਂਸ਼ੀਅਲ ਸਪੋਰਟ ਕੀਤੀ ਆ ਕੋਈ, ਤੇ ਹੁਣ ਤੁਸੀਂ 1 ਮਹੀਨੇ ਦੇ ਵਿੱਚ ਬੈਕ ਡੇਟ ਦੇ ਵਿੱਚ ਚੱਲ ਚੈਟ ਕਰਨ ਚੈਟ ਪਰੂਫ ਜਨਰੇਟ ਕਰਵਾ ਲੈਂਦੇ ਕਿਉਂਕਿ ਇੰਡੀਆ ਵਾਲੇ ਬਹੁਤ ਸਿਆਣੇ ਹੋ ਗਏ, ਜਿਹੜੇ ਅੰਬੈਸੀ ਨੂੰ ਵੀ ਚਾਰ ਸਕਦੇ ਆ ਤੇ ਚਾਰ ਰਹੇ ਆ ਉਹ ਲੋਕ। ਮੈਂ ਤਾਂ ਸਿੱਧਾ ਮੂੰਹ ਤੇ ਕਹਿੰਦਾ ਜਿਹੜਾ ਇਸ ਵੀਡੀਓ ਨੂੰ ਦੇਖ ਰਿਹਾ ਉਹਨੂੰ ਗੁੱਸਾ ਜ਼ਰੂਰ ਆਊਗਾ, ਜਿਹੜਾ ਉਹ ਗਲਤ ਹੋਊਗਾ ਉਹਨੂੰ ਗੁੱਸਾ ਜ਼ਰੂਰ ਆਊਗਾ, ਤੇ ਉਹਨੇ ਡਿਸਲਾਈਕ ਵਾਲਾ ਬਟਨ ਨਾਲ ਦੀ ਨਾਲ ਨੱਪ ਦੇਣਾ, ਮੈਨੂੰ ਪਤਾ, ਠੀਕ ਹੈ ਜੀ। ਤੇ ਅਗਲੀ ਗੱਲ ਆਉਂਦੀ ਹੈ ਕਿ ਠੀਕ ਹੈ ਉਹ ਹੁਣ ਬੰਦੇ ਨੇ ਰਿਸ਼ਤੇਦਾਰ ਦੇ ਸਾਡੇ ਨੇ ਕਰਾ ਲਿਆ, ਹੁਣ ਉਹਨੇ ਬਾਅਦ ਚ ਮੇਰੇ ਨਾਲ ਗੱਲ ਕੀਤੀ, ਕਹਿੰਦਾ ਵੀ ਭਾਜੀ ਮੈਂ ਇੱਦਾਂ ਇੱਦਾਂ ਫਾਈਲ ਲਾਉਣੀ ਆ, ਤੇ ਹੁਣ ਸਾਰੇ ਕੰਸਲਟੈਂਟ ਇਹ ਕਹਿੰਦੇ ਆ ਕਿ ਅਸੀਂ ਤੇਰੀ ਫਾਈਲ ਨਹੀਂ ਲਾ ਸਕਦੇ। ਮੈਂ ਕਿਹਾ ਕਿਉਂ ਨਹੀਂ ਲਾ ਸਕਦੇ? ਕਹਿੰਦਾ ਭਾਜੀ ਉਹ ਕਹਿੰਦੇ ਆ ਕਿ ਤੁਸੀਂ ਜਾਣੀ ਕਿ ਤੁਹਾਡੇ ਕੋਲ ਮੈਰਿਜ ਤੋਂ ਪਹਿਲਾਂ ਦਾ ਕੋਈ ਐਵੀਡੈਂਸ ਹੈ ਨਹੀਂ ਗਾ ਰਿਲੇਸ਼ਨਸ਼ਿਪ ਤੁਹਾਡਾ ਕਿਵੇਂ ਹੋਇਆ, ਤੁਸੀਂ ਸਿੱਧੀ ਚੱਕ ਕੇ ਮੈਰਿਜ ਕਰਵਾ ਲਈਏ, ਮੈਰਿਜ ਵੀ ਉਦੋਂ ਹੋਈ ਹੈ ਜਦੋਂ ਵੀਜ਼ਾ ਆ ਗਿਆ ਜਾਂ ਫਾਈਲ ਲੱਗੀ ਵੀ ਉਦੋਂ ਕਰਵਾ ਲਈ ਆ। ਸੋ ਇਸ ਗੱਲ ਦਾ ਮੁੜ ਕੇ ਕੁੜੀ ਇੱਥੇ ਆ ਜਾਂਦੀ ਆ, ਕੁੜੀ ਮੁੜ ਕੇ ਮੇਰੀ ਗੱਲ ਸੁਣ ਇੱਕ ਵਾਰੀ ਲੱਗਦੀ ਫਾਈਲ ਰਿਫਿਊਜ਼ ਹੋ ਜਾਂਦੀ ਆ, ਕਿਉਂਕਿ ਮੇਰੇ ਹਿਸਾਬ ਨਾਲ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਕਿ ਇਸ ਦੇ ਵਿੱਚ ਆਪਾਂ ਗੁਨਾਹਗਾਰ ਆ। ਅੰਬੈਸੀ ਨੂੰ ਇਹ ਲੱਗਦਾ ਕਿ ਇਹ ਵਿਆਹ ਜਿਹੜਾ ਇਮੀਗ੍ਰੇਸ਼ਨ ਪਰਪਜ ਵਾਸਤੇ ਹੋ ਰਿਹਾ ਕਿ ਸਿਰਫ ਇੱਕ ਬੰਦੇ ਨੂੰ ਪਿੱਕ ਕਰਨਾ ਤੇ ਇੱਥੇ ਲਿਆਣ ਕੇ ਸੁੱਟ ਦੇਣਾ, ਉਹ ਚੀਜ਼ ਕੀਤੀ ਜਾ ਰਹੀ ਆ। ਤਾਂ ਫਿਰ ਇਸੇ ਗੱਲ ਤੋਂ ਹੀ ਆਪਣੇ ਨਾਲ ਠੱਗੀਆਂ ਵੱਜਦੀਆਂ। ਆਪਾਂ ਲੱਖਾਂ ਰੁਪਈਆ ਕੁੜੀ ਤੇ ਲਾ ਦਿੰਦੇ ਹਾਂ, 40-40, 45-45, ਪਰਸੋਂ ਚੌਥੇ ਦੀ ਇੱਕ ਖਬਰ ਚੱਲੀ ਜਾਂਦੀ ਆ, ਠੀਕ ਹੈ, ਤੇ ਚਲੋ ਜੀ ਉਹ ਚੱਲੀ ਜਾਂਦੀ ਆ, ਪੂਰੀ ਚੱਲੀ ਜਾਂਦੀ,
ਹਰੇਕ ਬੰਦੇ ਦੇ ਦਿਮਾਗ ਤੇ ਚੱਲ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਘੁਲਦੀਆਂ ਮਿਲਦੀਆਂ ਤਾਂ ਗੱਲ ਇੱਥੇ ਆ ਜਾਂਦੀ ਹੈ ਕਿ ਓਬਵੀਅਸਲੀ ਜਦੋਂ ਦੋ ਜਾਂ ਤਿੰਨ ਵਾਰੀ ਵੀਜ਼ਾ ਰਿਜੈਕਟ ਹੁੰਦਾ ਤਾਂ ਬੰਦਾ ਫਰਸਟ੍ਰੇਟ ਹੋ ਕੇ ਕੁੜੀ ਨੂੰ ਕਹਿ ਦਿੰਦਾ ਕਿ ਤੇਰੀ ਗਲਤੀ ਆ। ਜੋ ਕੁੜੀ ਦੀ ਆਪਾਂ ਗਲਤੀ ਕੱਢਣੀ ਸ਼ੁਰੂ ਕਰ ਦਿੰਦੇ ਹਾਂ ਤਾਂ ਫਿਰ ਕੁੜੀ ਵੀ ਅਗਲੀ ਕੁਛ ਚਿਰ ਸਹਿੰਦੀਆਂ ਕੁਛ ਨਹੀਂ ਸਹਿੰਦੀਆਂ, ਅਗਲੀ ਬਲੌਕ ਕਰ ਦਿੰਦੀ ਆ ਤੇ ਮੁੜ ਕੇ ਮੇਰੇ ਵਰਗਾ ਉੱਥੇ ਬੈਠਾ ਰੋਣ ਦਿਆ ਹੁੰਦਾ ਕਿ ਸਾਡੇ ਨਾਲ ਠੱਗੀ ਹੋ ਗਈ ਠੱਗੀ ਹੋ ਗਈ। ਸੋ ਇਹਦੇ ਵਿੱਚ ਆਪਣੀਆਂ ਗਲਤੀਆਂ, ਹਰ ਇੱਕ ਚੀਜ਼ ਨੂੰ ਤੁਸੀਂ ਹਸਬੈਂਡ ਵਾਈਫ ਤਰ੍ਹਾਂ ਹੈ ਹੀ ਨਹੀਂ ਗੇ ਤਾਂ ਤੁਹਾਨੂੰ ਵੀਜ਼ਾ ਕਿਵੇਂ ਦੇ ਦੇਣਾ। ਆਪਦੀਆਂ ਗਲਤੀਆਂ ਵੀ ਮੰਨੋ, ਠੀਕ ਹੈ। ਮੈਂ ਅਗਰ ਮੇਰੀ ਗੱਲ ਸੁਣੋ, ਠੀਕ ਹੈ, ਮੇਰੀ ਵਾਈਫ ਦਾ ਵੀਜ਼ਾ ਆਇਆ ਹੁੰਦਾ, ਠੀਕ ਹੈ, ਮੈਂ ਉਹਦੇ ਨਾਲ ਜਾਣੀ ਕਿ ਪਹਿਲਾਂ ਤਾਂ ਮੈਂ ਵਿਆਹ ਕਰਾਇਆ ਨਹੀਂ, ਦੋ ਸਾਲ ਦੇ ਰਿਲੇਸ਼ਨ ਦੇ ਵਿੱਚ ਮੈਂ ਜਦੋਂ ਵੀਜ਼ਾ ਆਇਆ, ਠੀਕ ਹੈ, ਮੈਂ ਨਾਲ ਦੀ ਨਾਲ ਵਿਆਹ ਕਰਵਾਉਂਦਾ ਤਾਂ ਮੈਂ ਆਪਦੀ ਫਾਈਲ ਲਾਉਂਦਾ ਤਾਂ ਮੇਰੀ ਚੱਕ ਉਹਨੇ ਰਿਫਿਊਜ਼ ਹੀ ਕਰਨੀ ਸੀ। ਰਿਫਿਊਜ਼ ਆਪੇ ਇਸ ਕਰਕੇ ਕਰਨੀ ਸੀ ਕਿਉਂਕਿ ਉਹਨਾਂ ਨੂੰ ਇਹੀ ਲੱਗਣਾ ਸੀ ਕਿ ਠੀਕ ਹੈ ਮੈਂ ਬਾਹਰ ਜਾਣ ਵਾਸਤੇ ਵਿਆਹ ਕਰਵਾ ਰਿਹਾ, ਉਦੋਂ ਦਾ ਵਿਆਹ ਕਿਉਂ ਨਹੀਂ ਕਰਵਾਇਆ ਮੈਂ। ਸੋ ਇਹ ਚੀਜ਼ਾਂ ਪਹਿਲਾਂ ਵਾਲਾ ਟਾਈਮ ਸੀ ਆ ਹੋਰ ਤੇ ਹੁਣ ਹੋ ਗਿਆ ਹੋਰ। ਕਿਸੇ ਨੂੰ ਦੋਸ਼ ਦੇਣਾ ਕਿਸੇ ਦੇ ਸਾਹਮਣੇ, ਮੀਡੀਆ ਦੇ ਸਾਹਮਣੇ ਤੁਸੀਂ ਮੈਗ ਫੜ ਕੇ ਬੋਲਣ ਲੱਗ ਜਾਂਦੇ ਆ ਜਾਵਾਂ, ਪਰ ਜਿਹੜੀ ਸੱਚਾਈ ਆ ਉਹਨੂੰ ਤੁਸੀਂ ਸਵੀਕਾਰ ਨਹੀਂ ਕਰਦੇ, ਰਿਫਿਊਜ਼ਲ ਤਾਂ ਫਿਰ ਲੱਗਣਾ ਹੀ ਲੱਗਣਾ ਵੀ ਉਹ। ਠੀਕ ਹੈ, ਹੁਣ ਮੇਰਾ ਰਿਸ਼ਤੇਦਾਰ ਵਿਚਾਰਾ ਅੱਧ ਵਿਚਾਲੇ ਲਟਕਿਆ ਫਿਰਦਾ, ਕੁੜੀ ਦੀਆਂ ਫੀਸਾਂ ਵੀ ਭਰਤੀਆਂ, ਦੋ ਸਾਲ ਦਾ ਅੱਗੇ ਕੋਰਸ ਵੀ ਲਿਆ ਤਾ, ਹੁਣ ਜੇ ਵੀਜ਼ਾ ਨਾ ਆਇਆ ਤਾਂ ਲੜਾਈ ਲੜਾਈ ਆ, ਅਗਲਾ ਪੈੜੀ ਵੀ ਲਿਖਾਈ ਬੈਠਾ। ਸੋ ਇਹ ਚੀਜ਼ਾਂ, ਸੋ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਡਿਸਕਸ ਇਸ ਕਰਕੇ ਕਰਦਾ ਹੁੰਦਾ ਕਿ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਮੈਂ ਦੇਖਦਾ। ਹਰ ਇੱਕ ਚੀਜ਼ ਨੂੰ ਇੱਕ ਵੇ ਹੁੰਦਾ ਯਾਰ, ਠੀਕ ਹੈ, ਜੇ ਤੁਸੀਂ ਪਤੀ ਪਤਨੀ ਬਣਨਾ ਹੀ ਨਹੀਂ ਫਿਊਚਰ ਦੇ ਵਿੱਚ ਤਾਂ ਤੁਸੀਂ ਉਸ ਰਿਸ਼ਤੇ ਦੀ ਲੀਕ ਕਿਉਂ ਲਾਈ ਜਾਂਦੇ ਹੋ, ਉਹਨੂੰ ਖਤਮ ਕਿਉਂ ਕਰੀ ਜਾਂਦੇ ਹੋ? ਤੁਸੀਂ ਤਾਂ ਫਿਰ ਉਹਨਾਂ ਲੋਕਾਂ ਲਈ ਵੀ ਜਾਣੀ ਕਿ ਕੰਮ ਖਰਾਬ ਕਰਨਾ, ਟੋਏ ਪੱਟਣ ਵਾਲੀ ਗੱਲ ਕਰਤੀ, ਜਿਹੜਾ ਵਿਚਾਰਿਆਂ ਦਾ ਰਿਲੇਸ਼ਨਸ਼ਿਪ ਸਹੀ ਹੈ, ਸਾਰਾ ਕੁਛ ਸਹੀ ਆ, ਸ਼ੱਕ ਦੇ ਘੇਰੇ 'ਚ ਤਾਂ ਸੱਜਣਾ ਸਾਰੇ ਹੀ ਆਉਂਦੇ ਆ। ਸੋ ਇਹ ਚੀਜ਼ਾਂ ਨੇ, ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਇੱਕ ਚੀਜ਼ ਨੂੰ ਮੇਨਟੇਨ ਰੱਖਿਆ ਕਰੋ। ਜਿਨ੍ਹਾਂ ਨੇ ਸਪਾਊਸ ਵੀਜ਼ਾ ਦਿੱਤਾ ਨਾ ਤਾਂ ਉਹਨਾਂ ਦੀ ਰਿਸਪੈਕਟ ਕਰੋ, ਰੂਲ ਰੈਗੂਲੇਸ਼ਨ ਦੀ ਰਿਸਪੈਕਟ ਕਰੋ। ਮੈਂ ਵਾਰ ਵਾਰ ਇਹੀ ਗੱਲ ਕਹਿੰਦਾ ਹੁੰਦਾ ਕਿ ਥਰੈਡ ਨਾ ਦਿਓ ਉਹਨਾਂ ਦੇ ਸਿਸਟਮ ਨੂੰ, ਠੀਕ ਹੈ, ਉਹਨਾਂ ਨੂੰ ਚਾਰੋ ਨਾ। ਜਿਹੋ ਜਿਹੇ ਆਪਣੇ ਹਾਲਾਤ ਆ, ਹੋ ਸਕਦਾ ਕਿ ਪੂਰੀ ਚਾਂਦੇ ਚੜਾ ਦੇਣ ਅਗਲੇ, ਬਾਕੀ ਅੰਬੈਸੀ ਨੂੰ ਸਭ ਕੁਛ ਦਿਖਦਾ, ਤੁਸੀਂ ਕਿੰਨਾ ਕੁ ਚਿਰ ਫਿਰ ਇੱਕ ਪਰੂਫ ਬਣਾ ਬਣਾ ਕੇ ਲਾਈ ਚੱਲੋਗੇ? ਜੱਗ ਜ਼ਾਹਿਰ ਹੁੰਦਾ ਉਹਨਾਂ ਨੂੰ ਵੀ ਪਤਾ ਲੱਗਦਾ, ਉਹ ਵੀ ਫੇਸਬੁੱਕਾਂ ਚਲਾਉਂਦੇ ਆ, ਯੂਟਿਊਬ ਉਹ ਵੀ ਚਲਾਉਂਦੇ ਆ, ਸਰਚ ਕਰਦੇ ਆ, ਤੇ ਜਿਹੋ ਜਿਹੇ ਆਪਣੇ ਹਾਲਾਤ ਆ, ਮੈਨੂੰ ਨਹੀਂ ਲੱਗਦਾ ਕਿ ਆਪਾਂ ਪਾਰ ਪਵਾਂਗੇ। ਤੁਸੀਂ ਉਹਨਾਂ ਲੋਕਾਂ ਦੀ ਵੀ ਜ਼ਿੰਦਗੀ ਖਰਾਬ ਕਰ ਰਹੇ ਹੋ ਜਿਹੜੇ ਵਿਚਾਰੇ ਜੈਨੂਅਨ ਆ, ਘਰ ਵਾਲੀ ਉੱਥੇ ਤਰਸਣ ਦੀ ਆ, ਕੈਨੇਡਾ ਚ ਬੈਠੀ ਬੰਦਾ ਇੰਡੀਆ ਚ ਬੈਠਾ ਤਰਸਣ ਦਿਆ ਹੁੰਦਾ। ਤੇ ਦੂਜਾ ਮੈਂ ਉਹਨਾਂ ਫੇਕ ਕੰਸਲਟੈਂਟ ਨੂੰ ਇੱਕ ਗੱਲ ਕਹਿਣਾ ਚਾਹੂੰਗਾ, ਜਿਨ੍ਹਾਂ ਕੋਲੇ ICCRC ਦਾ ਜਾਂ ਇਮੀਗ੍ਰੇਸ਼ਨ ਦਾ ਕੋਈ ਵੀ ਐਕਸਪੀਰੀਅੰਸ ਨਹੀਂ ਆ, ਪਲੀਜ਼ ਉਹ ਇਹਨਾਂ ਚੀਜ਼ਾਂ ਨੂੰ ਲੋਕਾਂ ਨੂੰ ਮਿਸਗਾਈਡ ਨਾ ਕਰਿਆ ਕਰੋ। ਹੁਣ ਕਈ ਲੋਕਾਂ ਨੂੰ ਇਹ ਕਹਿ ਦਿੰਦੇ ਆ ਕਿ ਜੇ ਅਸੀਂ ਮੈਰਿਡ ਸ਼ੋਅ ਕਰਤਾ ਤੇਰੀ ਵਾਈਫ ਨੂੰ ਤਾਂ ਤੇਰਾ ਵੀਜ਼ਾ ਨਹੀਂ ਆਉਂਦਾ, ਇਹ ਕਿੱਥੇ ਲਿਖਿਆ? ਸੋ ਇਹੋ ਜਿਹੇ ਲੋਕਾਂ ਦੇ ਵੱਟ ਕੇ ਚਪੇੜ ਮਾਰਿਆ ਕਰੋ ਜਿਹੜੇ ਇਹੋ ਜਿਹੀ ਸਲਾਹ ਦਿੰਦੇ ਆ, ਭਾਵੇਂ ਉਹਨਾਂ ਨੂੰ ਗੁੱਸਾ ਹੀ ਲੱਗੇ ਇਸ ਵੀਡੀਓ ਨੂੰ ਦੇਖਦੇ ਵੀ ਹੋਣ। ਸ਼ਰਮ ਆਉਣੀ ਚਾਹੀਦੀ ਆ, ਤੁਹਾਡੇ ਆਪਦੇ ਧੀ ਪੁੱਤ ਨਹੀਂ ਆ, ਕਿਸੇ ਦੇ ਧੀ ਪੁੱਤ ਦੀ ਜ਼ਿੰਦਗੀ ਨਾ ਖਰਾਬ ਕਰੋ। ਜੇ ਤੁਹਾਨੂੰ ਇੰਨਾ ਹੀ ਨੌਲੇਜ ਲੈਣਾ ਤਾਂ ICCRC ਕੈਨੇਡੀਅਨ ICCR ਉੱਥੋਂ ਲਾਇਸੈਂਸ ਲਓ ਇਮੀਗ੍ਰੇਸ਼ਨ ਦਾ, ਫਿਰ ਤੁਹਾਨੂੰ ਪਤਾ ਲੱਗੇ ਕਿ ਰੂਲਸ ਕੀ ਆ, ਤਾਂ ਰਿਸਪੈਕਟ ਕਰੋ। ਨਾ ਤੁਹਾਡੇ ਕੋਲ ਡਿਗਰੀ ਆ, ਨਾ ਡਿਪਲੋਮਾ ਤੁਹਾਡੇ ਕੋਲ, ਵੱਡੀਆਂ ਵੱਡੀਆਂ ਤੁਸੀਂ ਦੁਕਾਨਾਂ ਖੋਲ੍ਹ ਲਈਆਂ, ਯੂਟਿਊਬ 'ਤੇ ਤੁਸੀਂ ਐਡ ਪਾਉਂਦੇ ਹੁੰਦੇ ਹੋ, ਸ਼ਰਮ ਚਾਹੀਦੀ ਤੁਹਾਨੂੰ? ਮੈਂ ਕਿਹਦਾ ਕਿਹਦਾ ਨਾਂ ਲਵਾਂ ਜਿਹਨਾਂ ਲੋਕਾਂ ਨੇ ਲੱਖਾਂ ਹੀ ਕੇਸ ਖਰਾਬ ਕੀਤੇ ਆ ਅਤੇ ਲੱਖਾਂ ਹੀ ਪੈਸਾ ਖਰਾਬ ਕਰਤਾ? ਠੀਕ ਹੈ। ਸੋ ਵੀਰਿਓ, ਹਰ ਇੱਕ ਚੀਜ਼ ਨੂੰ ਜੇ ਸਹਿਜ ਨਾਲ ਕਰਾਉਂਗੇ, ਆਰਾਮ ਨਾਲ ਕਰਾਉਂਗੇ, ਹਰ ਇੱਕ ਚੀਜ਼ ਦਾ ਪਰੂਫ ਦਊਂਗੇ, ਐਵੀਡੈਂਸ ਦਊਂਗੇ, ਅੰਬੈਸੀ ਨੂੰ ਕਲੈਰੀਫਾਈ ਕਰੋਂਗੇ, ਤਾਂ ਅੰਬੈਸੀ ਵੀ ਉਸ ਚੀਜ਼ ਨੂੰ ਸਵੀਕਾਰ ਕਰਦੀ ਆ। ਮੇਰਾ ਐਕਸਪੀਰੀਅੰਸ ਇਹ ਆ। ਬਾਕੀ ਮੈਂ ਇਹ ਨਹੀਂ ਕਹਿੰਦਾ ਕਿ ਮੇਰੀਆਂ ਗੱਲਾਂ ਨਾਲ ਕੋਈ ਵੀ ਬੰਦਾ ਸਹਿਮਤ ਹੋ ਸਕਦਾ, ਕਿਉਂਕਿ ਇਹ ਮੇਰੀ ਸੱਚ ਆ, ਤਾਂ ਮੈਂ ਨਹੀਂ ਚਾਹੁੰਦਾ ਕਿ ਜੇ ਤੁਹਾਨੂੰ ਇਹ ਚੀਜ਼, ਮੈਂ ਤਾਂ ਸਿਰਫ ਇਹ ਚੀਜ਼ਾਂ ਆਪਦੇ ਐਕਸਪੀਰੀਅੰਸ ਦੇ ਅਕੋਰਡਿੰਗ ਡੇਲੀ ਬਾਈ ਡੇਲੀ ਤੁਹਾਡੇ ਨਾਲ ਸ਼ੇਅਰ ਕਰਨਾ ਹੁੰਦਾ, ਕਿਉਂਕਿ ਮੈਨੂੰ ਇਹ ਹੁੰਦਾ ਕਿ ਮੈਂ ਤੁਹਾਡੇ ਨਾਲ ਕਨੈਕਟਡ ਰਹਾਂ ਅਤੇ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਰਹਾਂ। ਠੀਕ ਹੈ, ਕਿਉਂਕਿ ਅੱਜ ਇਹ ਚੀਜ਼ਾਂ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਹੋ ਰਹੀਆਂ, ਕੱਲ੍ਹ ਨੂੰ ਹੋਰ ਵਧਣਗੀਆਂ, ਨਾਮ ਕਿਹਦਾ ਖਰਾਬ ਹੋਣਾ? ਆਪਣਾ, ਆਪਾਂ ਤਾਂ ਪਹਿਲਾਂ ਹੀ ਚੰਦ ਚੜ੍ਹਾਈ ਜਾਂਦੇ ਹਾਂ। ਸੋ ਸ਼ਰਮ ਕਰ ਲਓ ਥੋੜ੍ਹੀ ਬਹੁਤ, ਜੇ ਹੈਗੀ ਆ ਤਾਂ।
ਠੀਕ ਹੈ ਫੇਕ ਮੈਰਿਜਾਂ ਨਾ ਕਰੋ, ਫਿਰ ਤੁਸੀਂ ਕਹਿੰਦੇ ਫਰਾਡ ਹੋ ਗਿਆ, ਹੱਥ ਬੰਨ ਕੇ ਬੇਨਤੀ ਹੈ ਕਿ ਗਲਤ ਕੰਮ ਛੱਡ ਦਿਓ, ਜਿਹੜੇ ਵਿਚਾਰੇ ਸਹੀ ਆ ਉਹਨਾਂ ਨੂੰ ਆ ਲੈਣ ਦਿਓ। ਇਦੋਂ ਵੱਧ ਤਾਂ ਮੈਂ ਤੁਹਾਡੇ ਅੱਗੇ ਕੁਛ ਕਹਿ ਨਹੀਂ ਸਕਦਾ ਕਿਉਂਕਿ ਤੁਸੀਂ ਇੰਨੇ ਲੱਚਰ ਹੋ ਚੁੱਕੇ ਆ, ਗਿਰ ਚੁੱਕੇ ਆ ਕਿ ਆਪਾਂ ਭੈਣ ਭਰਾਵਾਂ ਨਾਲ ਵਿਆਹ ਕਰਾ ਕੇ ਕੈਨੇਡਾ ਆਈ ਜਾਂਦੇ ਹਾਂ। ਸੋ ਇਹਦੇ ਉੱਤੇ ਮੈਂ ਤੁਹਾਨੂੰ ਕੁਛ ਕਹਿ ਨਹੀਂ ਸਕਦਾ, ਠੀਕ ਹੈ। ਬਾਕੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਇਹ ਕੰਮ ਕਰਦੇ ਆ, ਕੰਸਲਟੈਂਟ ਹੋਣ ਜਿਨ੍ਹਾਂ ਕੋਲ ਕੋਈ ਡਿਗਰੀ ਨਹੀਂ ਕੋਈ ਡਿਪਲੋਮਾ ਨਹੀਂ, ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਉਹਨਾਂ ਤੱਕ ਪਹੁੰਚਾ ਦਿਓ, ਬਹੁਤਾ ਚੇਅਰ ਨਹੀਂ ਤੁਹਾਡੀ ਇਹ ਚੱਲਣੀ, ਠੀਕ ਹੈ। ਤੁਸੀਂ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ। ਸੋ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ, ਠੀਕ ਹੈ। ਅਤੇ ਬਾਕੀ ਮੈਂ ਡਿਸਕਲੇਮਰ ਜ਼ਰੂਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੁੰਦਾ, ਉਹ ਪੜ੍ਹ ਲਿਆ ਕਰੋ, ਠੀਕ ਹੈ ਜੀ। ਅਤੇ ਬਾਕੀ ਆਉਣ ਵਾਲੇ ਫਿਊਚਰ ਵਾਸਤੇ ਵੀਡੀਓ ਵਾਸਤੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਕਿਉਂਕਿ ਨਵੀਂ ਨਵੀਂ ਆਪਾਂ ਵੀਡੀਓ ਤੁਹਾਨੂੰ ਦਿੰਦੇ ਰਹਿਣਾ।